ਜਿੱਥੇ ਸਰਕਾਰ ਦਾ ਜ਼ਿਕਰ ਹੋਵੇ ਉਸ ਜਗ੍ਹਾ ਤੇ ਪੜ੍ਹਨ ਵਾਲਿਆਂ ਤੇ ਸੁਣਨ ਵਾਲਿਆਂ ਤੇ ਰਹਿਮਤ ਹੋ ਜਾਂਦੀ ਹੈ। ਕਾਲੀ ਕਮਲੀ ਦੀ ਛਾਂ ਤੋਂ ਮੈਂ ਜਾਂ ਸਦਕੇ ਇਸ ਛਾਂ ਵਰਗੀ ਕੋਈ ਛਾਂ ਨਹੀਂ, ਹਲੀਮਾ ਸਾਦੀਆ ਜਈ ਕੋਈ ਦਾਈ ਨਹੀਂ, ਤੇ ਬੀਬੀ ਆਮ ਨਾ ਜਈ ਕੋਈ ਮਾਈ ਨਹੀਂ। ਜਿਹੜੀ ਥਾਂ ਤੇ ਕਦਮ ਹਜ਼ੂਰ ਰੱਖਣਾ ਹਾਂ, ਉਸ ਥਾਂ ਵਰਗੀ ਕੋਈ ਥਾਂ ਨਹੀਂ, ਜਾਵਾ ਸਦਕੇ ਨਾਮ ਮੁਹੰਮਦ ਤੋਂ ਨਾ ਵਰਗਾ ਕੋਈ ਨਾਈ ਨਹੀਂ, ਜਾਵਾਂ ਸਦਕੇ ਨਾਮ ਮੁਹੰਮਦ ਤੋਂ ਇਸ ਨਾ ਵਰਗਾ ਕੋਈ ਨਾਈ ਨਹੀਂ। ਸੋਚ ਆਪੋ ਆਪਣੀ ਸੋਚ, ਯਾਰ ਕੀ ਬੁੱਕ ਕੀ ਕੀਤਾ ਜੀ, ਮੈਨੂੰ ਸਮਝ ਨਹੀਂ ਆਉਂਦੀ ਪਈ। ਸੋਚ ਆਪੋ ਆਪਣੀ, ਬੱਚੇ ਵੱਲ ਵੇਖੋ ਤੇ ਉਹਦੀ ਫਰਮਾਇਸ਼ ਵੇਖੋ, ਵਾਹ ਸੁਭਾਨ ਅੱਲਾਹ, ਸਭ ਵੇਖੋ ਪਬਲਿਕ ਸੁੱਤੀ ਹੈ। ਕੀ ਇਹ ਸਰਕਾਰ ਜਿਸ ਮਹਿਫਲ 'ਚ ਸਰਕਾਰ ਦਾ ਜ਼ਿਕਰ ਹੋਵੇ, ਸਰਕਾਰ ਖੁਦ ਸੀ ਫਰਮਾ ਹੁੰਦੇ ਨੇ, ਤੇ ਅੱਜ ਹੱਥ ਖੜਾ ਕਰਕੇ ਸਰਵਰ ਗੁਲਸ਼ਨ ਦੀ ਮਹਿਫਲ 'ਚ ਗਵਾਈ ਦਿਓ, ਇਹ ਆਕਾ ਮੇਰਾ ਸੋਹਣਾ, ਆਕਾ ਮੇਰਾ ਸੋਹਣਾ ਤੇ ਸੋਹਣੇ ਸੋਹਣੇ ਨੈਣ, ਹਲੀਮਾਂ ਦਾ ਪਿਆਰਾ ਦਇਆ ਮਨਾ ਦਾ ਚੈਨ, ਜ਼ਰਾ ਜੂਮ ਕੇ ਆਕਾ ਮੇਰਾ, ਵੀਡੀਓ ਵਾਲੇ ਜ਼ਰਾ ਵੀਡੀਓ ਬਣਾ, ਜੂਮ ਕੇ ਸਾਰੇ, ਆਕਾ ਮੇਰਾ ਸੋਹਣਾ, ਆਕਾ ਮੇਰਾ ਸੋਹਣਾ ਤੇ ਸੋਹਣੇ ਸੋਹਣੇ ਨੈਣ, ਹਲੀਮਾਂ ਦਾ ਹਾਂ ਹਲੀਮਾਂ ਦਾ ਪਿਆਰਾ ਦਇਆ ਮਨਾ ਦਾ ਚੈਨ। ਇੱਕ ਗੱਲ ਦੱਸਾਂ, ਅੱਲਾਹ ਪਾਕ ਨੇ ਖਤਮੇ ਨਬੂਤ ਐਲਾਨ ਕੀਤਾ ਕਦੋਂ, ਉਸ ਰਾਤ ਜਿਸ ਜੋ ਮੰਗਿਆ ਸਰਕਾਰ ਨੇ ਦਿੱਤਾ, ਰੱਬ ਨੇ ਬੁਲਾ ਕੇ ਸਾਰਿਆਂ ਨਬੀਆਂ ਨੂੰ ਕਹਿ ਦਿੱਤਾ, ਉਸ ਰਾਤ ਜਿਸ ਜੋ ਮੰਗਿਆ ਸਰਕਾਰ ਲੈ ਦਿੱਤਾ, ਰੱਬ ਨੇ ਬੁਲਾ ਕੇ ਸਾਰਿਆਂ ਨਬੀਆਂ ਨੂੰ ਕਹਿ ਦਿੱਤਾ। ਕੀ ਫਰਮਾਇਆ, ਇਹੋ ਹੀ ਨਬੀ ਆਖਰੀ, ਇਹੋ ਹੀ ਨਬੀ ਆਖਰੀ
ਤੇ ਹੋਈ ਮੇਰਾ ਚੈਨ ਆਕਾ ਮੇਰਾ ਸੁਭਾਨ ਅੱਲਾ ਸਾਰੇ ਬੋਲੋ ਸੁਭਾਨ ਅੱਲਾ ਆਕਾ ਮੇਰਾ ਸੋਹਣਾ ਤੇ ਸੋਹਣੇ ਸੋਹਣੇ ਵੇਖੋ ਮੌਜਦਾ ਸਰਕਾਰ ਮੌਜਦਾ ਵੇਖੋ ਪੂਰੇ ਮੇਲੇ ਚ ਲੱਗਦਾ ਬੰਦਾ ਹੀ ਕੋਈ ਨਹੀਂ ਕਸਮ ਰੱਬ ਦੀ ਜਿੱਥੇ ਸਰਕਾਰ ਦਾ ਜ਼ਿਕਰ ਹੋਵੇ ਉਸ ਮਹਿਫਲ ਵਿੱਚ ਪੜਨ ਵਾਲਿਆਂ ਤੇ ਸੁਣਨ ਵਾਲਿਆਂ ਤੋਂ ਉਸ ਜਗ੍ਹਾ ਤੇ ਵੀ ਰਹਿਮਤ ਹੋ ਜਾਂਦੀ ਹੈ ਇੱਕ ਗੱਲ ਤੁਹਾਨੂੰ ਵੰਡ ਕੱਢਦੇ ਹਾਂ ਅੱਜ ਟਿਕਟ ਲਿਆ ਤੁਸੀਂ 250 ਦਾ ਤੇ ਤੁਹਾਨੂੰ ਉਹ ਗੱਲ ਦੱਸਾਂ ਜਿਹੜੀ ਕਈਆਂ ਨੂੰ ਨਾ ਪਤਾ ਹੋਵੇ ਤੇ ਅੱਜ ਸਾਡੀਆਂ ਬੀਬੀਆਂ ਭੈਣਾਂ ਮੇਰੀਆਂ ਧੀਆਂ ਨੂੰ ਜਾ ਕੇ ਸੁਣਾਉਣਾ ਅੱਲਾਹ ਪਾਕ ਨੇ ਆਪਣੇ ਮਹਿਬੂਬ ਨੂੰ ਅਰਸ਼ਾਂ ਤੇ ਬੁਲਾ ਲਿਆ ਸਾਹਮਣੇ ਬਿਠਾ ਲਿਆ ਮੇਰੇ ਮਹਿਬੂਬ ਅੱਜ ਮੰਗ ਲੈ ਜੋ ਮੰਗਣਾ ਹੈ ਤੇ ਆਪ ਸੱਲੱਲਾਹੁ ਅਲੈਹਿ ਵਸੱਲਮ ਨੇ ਕੀ ਮੰਗਿਆ ਮੈਂ ਆਲਮ ਨਹੀਂ ਮੈਂ ਤੇ ਇੱਕ ਅਦਨਾ ਜਿਹਾ ਫਕੀਰ ਹਾਂ ਜੇ ਮੈਂ ਵੇਖਾਂ ਆਪਣੇ ਵੱਲੇ ਕੁਝ ਨਹੀਂ ਮੇਰੇ ਪੱਲੇ ਜੇ ਵੇਖਾਂ ਸੋਹਣਿਆ ਤੇਰੀ ਰਹਿਮਤ ਵੱਲੇ ਫਿਰ ਬੱਲੇ ਹੀ ਬੱਲੇ ਬੱਲੇ ਇੱਕ ਵੰਡ ਕੱਢ ਦਿਆਂ ਜੀ ਅੱਜ ਮੈਂ ਹੈਲੋ ਮਿਸਟਰ ਕਮਿਹਾਰ ਸੁਣ ਕੇ ਜ਼ਰਾ ਬੰਦੇ ਡਿਸਟਰਬ ਹੁੰਦੇ ਨੇ ਸਰ ਜੀ ਬਹਿ ਜਾਓ ਯਾਰ ਤੁਹਾਨੂੰ ਵਾਸਤਾ ਜੇ ਆ ਵੇਖੋ ਬਹਿ ਜਾਓ ਯਾਰ ਇਹ ਸਰਕਾਰ ਦੀ ਸ਼ਾਨ ਹੈ ਤੇ ਇਹਦਾ ਅੱਛੇ ਤਰੀਕੇ ਨਾਲ ਸੁਣੋ ਚੰਦ ਬੋਲੇ ਮਿਹਰਬਾਨੀ ਬਹਿ ਜਾ ਭਾਵ ਹੈ ਜਦੋਂ ਲਾ ਇਲਾਹਾ ਇਲੱਲਾ ਹੋ ਪੜਿਆ ਬੰਦਾ ਮੁਸਲਮਾਨ ਹੁੰਦਾ ਜੀ ਅੱਜ ਤੁਹਾਨੂੰ ਵੰਡ ਕੱਢਦੇ ਆ ਇਹ ਭਾਜੀ ਹੈਲੋ ਨਾ ਯਾਰ ਬਾਪ ਇੱਥੇ ਕੋ ਸਰਕਾਰ ਦੀ ਸ਼ਾਨ ਸੁਣ ਰਿਹਾ ਤੁਹਾਨੂੰ ਵੰਡ ਕੱਢਣ ਲੱਗਾ ਕਿ ਲਾ ਇਲਾਹਾ ਇਲੱਲਾ ਹੋ ਪੜਿਆ ਬੰਦਾ ਮੁਸਲਮਾਨ ਹੁੰਦਾ ਨਹੀਂ ਜਦੋਂ ਪੜੀਏ ਨਾ ਲਾ ਇਲਾਹਾ ਇਲੱਲਾ ਹੋ ਮੁਹੰਮਦੁਰ ਰਸੂਲੁਲਲਾਹ ਇਸ ਵਾਸਤੇ ਅੱਲਾਹ ਪਾਕ ਨੇ ਆਪਣੇ ਨੂਰ ਚੋਂ ਸਰਕਾਰ ਨੂੰ ਬਣਾਇਆ ਤੇ ਜਿਹੜੇ ਵੱਖਰਾ ਕਰਦੇ ਨੇ ਉਹ ਆਪਣੇ ਵਿੱਚੋਂ ਨਹੀਂ ਗੱਲਾਂ ਬੜੀਆਂ ਨੇ ਜੀ ਕਿਸੇ ਵੇਲੇ ਸਰਕਾਰ ਸਰਵਰ ਗੁਲਸ਼ਨ ਨੂੰ ਸਰਕਾਰ ਦੇ ਮਿਲਾਦ ਤੇ ਬੁਲਾਓ ਤੇ ਇਨਸ਼ਾਅੱਲਾ ਤੁਹਾਨੂੰ ਵੰਨਾ ਕੱਢ ਕੱਢ ਕੇ ਦੱਸਾਂ ਮੈਂ ਕਿ ਸਰਕਾਰ ਦੀ ਸ਼ਾਨ ਕੀ ਹੈ ਸੁਭਾਨ ਅੱਲਾ ਸਾਰੀ ਜ਼ਿੰਦਗੀ ਬਿਆਨ ਕਰੀਏ ਤੇ ਖਤਮ ਨਹੀਂ ਹੋ ਸਕਦੀ ਅੱਲਾ ਪਾਕ ਨੇ ਬੁਲਾ ਲਿਆ ਆਪਣੇ ਮਹਿਬੂਬ ਨੂੰ ਮਹਿਬੂਬ ਅੱਜ ਮੰਗ ਲੈ ਜੋ ਮੰਗਣਾ ਤੇ ਆਪ ਸੱਲੱਲਾਹੁ ਅਲੈਹਿ ਵਸੱਲਮ ਨੇ ਕੀ ਮੰਗਿਆ ਰੱਬ ਨਾਲ ਕਰਕੇ ਕੌਲ ਤੇ ਕਰਾਰ ਆ ਗਏ ਬਖਸ਼ਾ ਕੇ ਸਾਰੇ ਉਮਤੀ ਸਰਕਾਰ ਆ ਗਏ ਪੰਜ ਨਾਰੇ ਪੈਂਤੀ ਬਾਗ ਦੇ ਸਵਾ ਲੱਖ ਨਾਰਾ ਹਾਜ਼ਰੀ ਰੱਬ ਨਾਲ ਕਰਕੇ ਕੌਲ ਤੇ ਕਰਾਰ ਆ ਗਏ ਬਖਸ਼ਾ ਕੇ ਸਾਰੇ ਉਮਤੀ ਸਰਕਾਰ ਆ ਗਏ ਸਾਦਕ ਨਬੀ ਦੇ ਉਮਤੀ ਸਾਦਕ ਨਬੀ ਦੇ ਉਮਤੀ ਨਾ ਦੁੱਖ ਕਦੀ ਵੀ ਸਹਿਣ ਆਕਾ ਮੇਰਾ ਸੁਭਾਨ ਅੱਲਾ ਤੇ ਮਾਲਕ ਨੇ ਹੋਰ ਕਿਸੇ ਨੂੰ ਇੰਨੀ ਜੁਰਤ ਦਿੱਤੀ ਹੈ ਕਿ ਆਪਣੇ ਆਹਮਣੇ ਸਾਹਮਣੇ ਬਿਠਾ ਕੇ ਗੱਲਾਂ ਤੇ ਬੱਚੇ ਨੇ ਫਰਮਾਇਸ਼ ਕੀਤੀ ਮੈਂ ਪੁੱਤਰ ਤੈਨੂੰ ਦਾਤ ਦਿੰਦਾ ਤੇ ਕਿਹੜੀ ਫਰਮਾਇਸ਼ ਕੀਤੀ ਹੋਵਾ ਜਾ ਤੂੰ ਅਰਸ਼ਾਂ ਤੇ ਆਦਾ ਤੂੰ ਪਾਦਾ ਹਬੀਬਾ
ਫੇਰਾ ਤੂੰ ਫਾਦਾ ਹਬੀਬਾ ਭਾਈ ਰਾਣਾ ਮੀਰ ਸਾਹਿਬ ਨਾਲ ਇਹ ਸਰਕਾਰ ਦੀ ਸ਼ਾਨ ਤੇ ਸੁਭਾਨ ਅੱਲਾ ਅੱਲਾ ਪਾਕ ਨੇ ਫਰਮਾਇਆ ਮੁਹੰਮਦ ਦੇ ਰੋਜ਼ ਤੇ ਰਹਿਮਤ ਬਰਸਦੀ ਦੀਦਾਰ